ਚੰਡੀਗੜ੍ਹ ਦੇ ਸੈਕਟਰ 34 ਦੇ ਵਿੱਚ ਅੱਜ ਪੰਜਾਬ ਤੋਂ ਆਂਗਨਵਾੜੀ ਯੂਨੀਅਨ ਵੱਲੋਂ ਆ ਕੇ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਆਪਣੀ ਮੰਗਾਂ ਨੂੰ ਲੈ ਕੇ ਇੱਥੇ ਜਿਹੜੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਹੈ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਕਾਫੀ ਸਮੇਂ ਤੋਂ ਇਹਨਾਂ ਦੀ ਜਿਹੜੀ ਡਿਮਾਂਡਸ ਨੇ ਮੰਗਾਂ ਨੂੰ ਲੈ ਕੇ ਅੱਜ ਕਾਫੀ ਪੰਜਾਬ ਤੋਂ ਇੱਥੇ ਪਹੁੰਚੇ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਅੱਜ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ। ਵੱਖ ਵੱਖ ਬੈਨਰਸ ਨੂੰ ਲੈ ਕੇ ਹੱਥਾਂ ਦੇ ਵਿੱਚ ਔਰ ਇਹ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ, ਕਾਫੀ ਸੰਖਿਆ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ। ਕਿਸ ਤਰ੍ਹਾਂ ਦੀ ਮੰਗਾਂ ਨੇ, ਡਿਮਾਂਡਸ ਕੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿਉਂਕਿ ਕਈ ਚੀਜ਼ਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਇਹਨਾਂ ਦੀ ਡਿਮਾਂਡ ਚੱਲ ਰਹੀ ਸੀ, ਕਈ ਚੀਜ਼ਾਂ ਇਹਨਾਂ ਨੇ ਰੱਖੀ ਸੀ ਲੇਕਿਨ ਕਿਸੇ ਤਰ੍ਹਾਂ ਦੀ ਇਹਨਾਂ ਦਾ ਜਿਹੜਾ ਇਲਜ਼ਾਮ ਹੈ ਕਿ ਪੂਰੀ ਚੀਜ਼ਾਂ ਨਹੀਂ ਹੋਈ ਹੈ। ਸਾਡੇ ਨਾਲ ਗੱਲਬਾਤ ਕਰਾਂਗੇ ਜਿਹੜੇ ਪ੍ਰਧਾਨ ਨੇ। ਮੈਡਮ, ਕਿਸ ਤਰ੍ਹਾਂ ਦੀ ਮੰਗਾਂ ਨੇ, ਕਿੰਨੇ ਸਮੇਂ ਤੋਂ ਤੁਸੀਂ ਪ੍ਰੋਟੈਸਟ? ਹਾਂਜੀ, ਪ੍ਰੋਟੈਸਟ ਦਾ ਸਾਡਾ ਤੁਸੀਂ ਸਮਝ ਲਓ ਕਿ 2.5 ਸਾਲ ਤੋਂ ਚੱਲ ਰਿਹਾ। ਸਿਰਫ ਹਾਲੇ ਤੱਕ ਤਾਂ ਸਾਡੀ ਇਹੀ ਇੱਕ ਲੜਾਈ ਸੀ ਵੀ ਇਹ ਸਰਕਾਰ ਆਈ ਹੈ ਤੇ ਜਦੋਂ ਤੋਂ ਆਏ ਇਹ ਆਂਗਨਵਾੜੀ ਵਰਕਰਾਂ ਨੂੰ ਮਾਣ ਭੱਤਾ ਨਹੀਂ ਦੇ ਸਕੇ, ਤਨਖਾਹਾਂ ਨਹੀਂ ਕਹਿ ਸਕਦੇ ਆਪਾਂ, ਮਾਣ ਭੱਤਾ ਹੀ ਹੁੰਦਾ। ਪਹਿਲਾਂ ਤਾਂ ਅਸੀਂ ਹਰ 5-7 ਮਹੀਨੇ ਬਾਅਦ ਸਾਨੂੰ ਧਰਨਾ ਲਾ ਕੇ ਆਪਦੀ ਤਨਖਾਹ ਕਢਾਉਣੀ ਪੈਂਦੀ ਸੀ ਤੇ ਅੱਜ ਵੀ ਸਾਡੀਆਂ ਭੈਣਾਂ ਇੱਥੇ ਬੈਠੀਆਂ, 10-10 ਮਹੀਨੇ ਹੋ ਗਏ ਇਹਨਾਂ ਦਾ ਮਾਣ ਭੱਤਾ ਨਹੀਂ ਨਿਕਲਿਆ। ਇੱਕ ਤਾਂ ਇਹ ਹੈਗਾ ਵੀ ਸਾਡੀ ਜਿਹੜਾ ਮਾਣ ਭੱਤਾ ਹੈ ਉਹਨੂੰ ਰੈਗੂਲਰ ਕਰੋ, ਹਰ ਮਹੀਨੇ 2 ਤਰੀਕ ਨੂੰ ਆਉਣਾ ਚਾਹੀਦਾ ਜਿਵੇਂ 2.5 ਸਾਲ ਪਹਿਲਾਂ ਆਉਂਦਾ ਸੀ। ਕਦੇ ਵੀ ਸਾਡਾ ਇਦਾਂ ਨਹੀਂ ਹੋਇਆ ਸੀ ਕਿ ਸਾਨੂੰ ਮਾਣ ਭੱਤਾ ਟਾਈਮ ਤੇ ਨਾ ਮਿਲੇ, ਹਮੇਸ਼ਾ ਸਾਨੂੰ ਟਾਈਮ ਤੇ ਮਾਣ ਭੱਤਾ ਮਿਲਦਾ ਸੀ। ਇੱਕ ਤਾਂ ਇਹ, ਦੂਜਾ ਮਾਣ ਭੱਤਾ ਦੁੱਗਣਾ ਕਰੋ ਇਹ, ਤੀਜਾ ਜਿਹੜੇ ਆਂਗਨਵਾੜੀਆਂ ਦੇ ਵਿੱਚੋਂ ਬੱਚੇ ਖੋਲੇ ਇਹਨਾਂ ਨੇ ਸਾਡੇ ਕੋਲੋਂ, ਉਹ ਪਿਛਲੀ ਸਰਕਾਰ ਨੇ ਖੋਏ ਸੀਗੇ, ਇਹਨਾਂ ਨੇ ਵਾਪਸ ਨਹੀਂ ਕੀਤੇ, ਇਹਨਾਂ ਦੇ ਨਾਲ ਰਾਸ਼ਨ ਵੀ ਖੋਲਿਆ ਸਾਡਾ। ਅਸੀਂ ਉਹ ਮੰਗ ਕਰਦੇ ਹਾਂ ਵੀ ਬੱਚੇ ਵਾਪਸ ਕਰੋ ਤੇ ਰਾਸ਼ਨ ਜਿਹੜਾ ਹੈਗਾ ਉਹ ਆਂਗਨਵਾੜੀ 'ਚ ਪੱਕਦਾ ਕਰੋ, ਅਸੀਂ ਆਂਗਨਵਾੜੀ 'ਚ ਬੱਚੇ ਆਉਣ, ਮਾਵਾਂ ਆਉਣ, ਰਾਸ਼ਨ ਆਂਗਨਵਾੜੀ 'ਚੋਂ ਲੈਣ। ਸੋ ਇਹ ਵੀ ਸਾਡੀ ਮੰਗ ਹੈ। ਅਸੀਂ ਕਹਿੰਦੇ ਹਾਂ ਕਿ ਸਾਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਨਵੀਂ ਐਜੂਕੇਸ਼ਨ ਨੀਤੀ 'ਚ ਕਿਹਾ ਗਿਆ 2020 ਦੇ ਵਿੱਚ ਵੀ ਆਂਗਨਵਾੜੀ ਵਰਕਰ ਨੂੰ NTT ਦਾ ਕੋਰਸ ਕਰਾ ਕੇ ਇਹਨੂੰ ਦਰਜਾ ਦਿਓ, ਸਾਡਾ ਰਾਈਟ ਬਣਦਾ। ਸਰਕਾਰ ਸਾਤੋਂ ਖੋਣ ਦੀ ਕੋਸ਼ਿਸ਼ ਕਰ ਰਹੀ ਹੈ, ਵਲੰਟੀਅਰ ਨੂੰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਉਹ ਸਾਡੀ ਮੰਗ ਹੈ। ਤਾਂ ਜਿਹੜੀ ਮੈਂ ਇੱਥੇ ਗੱਲ ਕਹਿਣਾ ਚਾਹੁੰਦੀ ਹਾਂ ਵੀ ਸਰਕਾਰ ਜਿਹੜਾ ਰਾਸ਼ਨ ਹੈਗਾ ਆਂਗਨਵਾੜੀਆਂ ਦਾ ਉਹਦੇ 'ਚੋਂ ਵੀ ਕਰਪਸ਼ਨ ਕਰ ਰਹੀ ਹੈ। ਉਹ ਰਾਸ਼ਨ ਦੇ ਜਿਹੜੇ ਪੈਸੇ ਸੈਂਟਰ ਵੱਲੋਂ ਆ ਰਹੇ ਆ ਉਹ ਰੂਲਾਂ ਅਨੁਸਾਰ ਤੁਸੀਂ ਕਿਸੇ ਪ੍ਰਾਈਵੇਟ ਕੰਪਨੀ ਨੂੰ ਨਹੀਂ ਦੇ ਸਕਦੇ। ਪਹਿਲਾਂ ਜਿਹੜਾ ਸਾਡੇ ਕੋਲ ਰਾਸ਼ਨ ਆਉਂਦਾ ਸੀ ਵੇਰਕਾ ਦੀ ਪੰਜੀਰੀ ਹੁੰਦੀ ਸੀ, ਮਾਰਕ ਫੈਡ ਦਾ ਜਿਹੜਾ ਕਣਕ ਖੰਡ ਸਾਰਾ ਰਾ ਮਟੀਰੀਅਲ ਹੁੰਦਾ ਸੀ। ਹੁਣ ਇਹਨਾਂ ਨੇ ਕੀ ਕੀਤਾ, ਵੇਰਕਾ ਤੋਂ ਪੰਜੀਰੀ ਵਾਪਸ ਲੈ ਲਈ, ਮਾਰਕ ਫੈਡ ਨੂੰ ਗਾਹ ਕਹਿਤਾ ਵੀ ਇਹਨੂੰ ਠੇਕੇ ਤੇ ਦੇ ਦਿਓ। ਉਹਨਾਂ ਨੇ ਚੰਡੀਗੜ੍ਹ ਸਵੀਟਸ ਤੇ ਪ੍ਰਕਾਸ਼ ਮਸਾਲੇ ਉਹਨਾਂ ਨੂੰ ਦੇਤਾ, ਉਹ ਬਣਾਉਂਦੇ ਆ ਪੰਜੀਰੀ ਬਣਾਉਂਦੇ ਆ, ਉਹ ਦਲੀਆ ਬਣਾਉਂਦੇ ਆ, ਉਹ ਖਿਚੜੀ ਬਣਾਉਂਦੇ ਆ। ਉਹ ਐਡੀ ਖਰਾਬ ਹੈਗੀ ਹੈ, ਉਹਦਾ ਮਿਆਰ ਇੰਨਾ ਨੀਵਾਂ ਕਿ ਇਹਨਾਂ ਨੇ ਰੂਲਾਂ ਨੂੰ ਤੋੜ ਕੇ ਪਹਿਲਾਂ ਉਹਨੂੰ ਠੇਕੇ ਤੇ ਚੜਾਇਆ ਤੇ ਅੱਜ ਜਿਹੜਾ ਹੈਗਾ ਇਹ ਉਹਦੇ 'ਚੋਂ ਕਮਿਸ਼ਨ ਖੋਰੀ ਕਰ ਰਹੇ ਆ, ਪੈਸੇ ਉਹਨਾਂ ਤੋਂ ਲੈ ਰਹੇ ਆ। ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ, ਕੋਈ ਮੀਟਿੰਗਸ ਹੋਈਆਂ ਪਿਛਲੇ ਦਿਨਾਂ 'ਚ ਤੁਹਾਡੀ ਕੋਈ ਮੰਤਰੀ ਨਾਲ? ਨਹੀਂ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਬਾਰ ਬਾਰ ਮੰਗ ਪੱਤਰ ਦਿੱਤੇ, ਅਸੀਂ ਕਿਹਾ ਵੀ ਸਾਡੇ ਨਾਲ ਗੱਲ ਕਰੋ। ਇਹਨਾਂ ਨੇ ਦੂਜੀਆਂ ਯੂਨੀਅਨਾਂ ਨੂੰ ਤਾਂ ਬੁਲਾ ਲਿਆ, ਪਹਿਲਾਂ ਤਾਂ ਇਹਨਾਂ ਨੇ ਮੇਰੇ ਤੇ ਹਮਲਾ ਕੀਤਾ, ਮੇਰੀ ਨੌਕਰੀ ਖੋ ਲਈ ਬਿਨਾਂ ਕਿਸੇ ਕਸੂਰ ਤੋਂ, ਮੇਰਾ ਕੋਈ ਮੇਰੇ ਤੇ ਐਲੀਗੇਸ਼ਨ ਨਹੀਂ ਲਾ ਸਕੇ ਇਹ। ਮੈਨੂੰ ਵੈਸੇ ਹੀ ਕਹਿਤਾ ਵੀ ਚੱਲ ਕਰੇ। ਦੂਜਾ ਜਿਹੜਾ ਸਾਡੀ ਯੂਨੀਅਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਅਫਸਰਸ਼ਾਹੀ ਨੇ ਰਲ ਕੇ, ਸਰਕਾਰ ਨੇ ਰਲ ਕੇ। ਤੀਜਾ ਹੁਣ ਇਹਨਾਂ ਨੇ ਦੂਜੀਆਂ ਯੂਨੀਅਨਾਂ ਨੂੰ ਬੁਲਾਇਆ ਮੀਟਿੰਗ ਵਾਸਤੇ, ਸਾਡੀ ਯੂਨੀਅਨ ਨੂੰ ਪਹਿਲਾਂ ਕਹਿਤਾ ਵੀ ਤੁਹਾਨੂੰ ਹੈਗਾ, ਬਾਅਦ 'ਚ ਇੱਥੋਂ PA ਤੋਂ ਫੋਨ ਕਰਾਤਾ ਵੀ ਤੁਹਾਡੀ ਮੀਟਿੰਗ ਨਹੀਂ ਹੈਗੀ, ਵੀ ਸਾਨੂੰ ਮੀਟਿੰਗ 'ਚ ਵੀ ਨਹੀਂ ਬਿਠਾਉਣ ਦਾ ਹੈਗਾ ਵੀ ਅਸੀਂ। ਕਿੰਨੇ ਟੋਟਲ ਮੁਲਾਜ਼ਮ ਇੱਥੇ ਪਹੁੰਚੇ ਨੇ ਅੱਜ ਜੇ ਆਪਾਂ ਗੱਲ ਕਰੀਏ ਇੱਥੇ ਸਾਰੇ ਤੁਸੀਂ ਪਹੁੰਚੇ ਹੋਏ ਹੋ, ਕਿੰਨੇ ਕਿਹੜੀ ਯੂਨੀਅਨ ਪਹੁੰਚੀ? ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਇੱਥੇ ਪਹੁੰਚੀ ਹੈ ਤੇ ਅਸੀਂ ਜਿਹੜਾ ਆਹ ਸਾਰੀਆਂ ਤੁਹਾਨੂੰ ਬੈਠੀਆਂ ਦਿਸ ਰਹੀਆਂ ਨਾ ਇਹ
ਅਸੀਂ ਸਿਰਫ ਨੋਮੀਨੇਟ ਭੈਣਾਂ ਹੀ ਸੱਦੀਆਂ ਤੇ ਸਾਡੀਆਂ ਸਾਰੀਆਂ ਵਰਕਰ ਨਹੀਂ ਹੈਗੀਆਂ, ਇਹ ਤਾਂ ਸਾਰੀਆਂ ਆਉਣਗੀਆਂ ਤੇ ਇੱਥੇ ਹੜ ਆਜੂਗਾ। ਅਤੇ 54,000 ਆਂਗਣਵਾੜੀ ਵਰਕਰ ਹੈਲਪਰ ਕੰਮ ਕਰਦੀਆਂ, ਸਾਡੀ ਯੂਨੀਅਨ ਦੇ ਨਾਲ 25,000 ਔਰਤਾਂ ਖੜੀਆਂ। ਇਸ ਕੋਈ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਕਿਸੇ ਅਧਿਕਾਰੀ? ਨਹੀਂ ਨਹੀਂ ਕੋਈ ਨਹੀਂ ਹੋਈ, ਅਧਿਕਾਰੀ ਗੱਲ ਕਰਨਾ ਹੀ ਨਹੀਂ ਚਾਹੁੰਦੇ, ਸਰਕਾਰ ਗੱਲ ਕਰਨਾ ਹੀ ਨਹੀਂ ਚਾਹੁੰਦੀ, ਇਹਨਾਂ ਨੇ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ। ਤੇ ਬਿਲਕੁਲ ਜਿਹੜੀ ਵੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਆਪਣੇ ਹੱਥਾਂ 'ਚ ਬੈਨਰ ਲੈ ਕੇ ਧੱਕੇਸ਼ਾਹੀ ਬੰਦ ਕਰੋ, ਬਦਲਾਖੋਰੀ ਵਾਲੀ ਸਰਕਾਰ ਮੁਰਦਾਬਾਦ, ਇਸ ਤਰ੍ਹਾਂ ਦੀ ਜਿਹੜੇ ਬੈਨਰਸ ਲੈ ਕੇ ਲਗਾਤਾਰ ਪ੍ਰੋਟੈਸਟ ਕਰਦੇ ਨਜ਼ਰ ਆ ਰਹੇ ਨੇ। ਹਾਲਾਂਕਿ ਕਾਫੀ ਦਿਨਾਂ ਤੋਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਹਨਾਂ ਨਾਲ ਧੱਕਾਸ਼ਾਹੀ ਹੋ ਰਹੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਹੈ। ਹਾਲਾਂਕਿ ਹੁਣ ਅੱਜ ਨੋਮੀਨੇਟਿਡ ਜਿਹੜੇ ਆਂਗਨਵਾੜੀ ਯੂਨੀਅਨ ਵੱਲੋਂ ਅੱਜ ਪੂਰੇ ਪੰਜਾਬ ਤੋਂ ਇੱਥੇ ਸੱਦਾ ਦਿੱਤਾ ਗਿਆ ਸੀਗਾ ਔਰ ਦਫ਼ਤਰ ਦੇ ਬਿਲਕੁਲ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਤਸਵੀਰਾਂ ਤੁਸੀਂ ਵੇਖ ਰਹੇ ਹੋ ਚੰਡੀਗੜ੍ਹ ਦੇ ਸੈਕਟਰ 34 ਦੀ ਤਸਵੀਰਾਂ ਨੇ ਜਿੱਥੇ ਇਹ ਪੂਰਾ ਪ੍ਰੋਟੈਸਟ ਕੀਤਾ ਜਾ ਰਿਹਾ। ਇੱਥੇ ਚੰਡੀਗੜ੍ਹ ਦੇ ਡਾਇਰੈਕਟਰ ਆਫ ਸੋਸ਼ਲ ਸਿਕਿਉਰਿਟੀ ਐਂਡ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਦਾ ਆਫਿਸ ਵੀ ਹੈ ਤੇ ਇੱਥੇ ਜਿਹਦੇ ਬਿਲਕੁਲ ਬਾਹਰ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ। ਹਾਲਾਂਕਿ ਬਿਲਕੁਲ ਗੇਟ ਤੇ ਇਹ ਬੈਠੇ ਹੋਏ ਨੇ, ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ, ਕਿਸੇ ਨੂੰ ਬਾਹਰ ਆਉਣ ਨਹੀਂ ਦਿੱਤਾ ਜਾ ਰਿਹਾ। ਔਰ ਇਹਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਦ ਤੱਕ ਸਾਡੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ, ਜਦ ਤੱਕ ਅਸੀਂ ਇਸੇ ਤਰ੍ਹਾਂ ਧਰਨਾ ਜਿਹੜਾ ਉਹ ਬਰਕਰਾਰ ਰੱਖਾਂਗੇ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।